ਰਾਮਦਾਸ ਨਗਰ ਗਲਵਾਲੀ ਗੇਟ ਵਿਖੇ ਇੱਕ ਮੀਟਿੰਗ ਆਯੋਜਿਤ ਕੀਤੀ ਗਈ ਜਿਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੰਮ੍ਰਿਤਸਰ ਦੌਰੇ ਦੌਰਾਨ ਪਗਵਾਨ ਵਾਲ ਵਿਖੇ ਨਾਜ ਜਾਣਕਾਰਨ ਰੋਸ਼ ਜ਼ਾਹਿਰ ਕੀਤਾ ਗਿਆ ਦੀਪੂ ਪਹਿਲਵਾਨ ਸਮੀਰ ਲਵ ਰਾਹੁਲ ਸਬਰਵਾਲ ਰੋਹਨ ਵੀ ਇਸ ਮੌਕੇ ਮੌਜੂਦ ਸਨ ਕੇਜਰੀਵਾਲ ਸਾਹਿਬ ਅੰਮ੍ਰਿਤਸਰ ਦੇ ਵਿੱਚ ਆਏ ਮੱਥਾ ਟੇਕਣ ਲਈ ਤੇ ਚਲੋ ਉਹਨਾਂ ਦਾ ਸਤਿਕਾਰ ਕੀਤਾ ਸਾਡੇ ਸਮਾਜ ਨੇ ਸਾਡੇ ਪੰਜਾਬੀ ਵੀਰਾਂ ਨੇ ਸਿਰਫ ਆ ਜ ਸਾਡੇ ਸਮਾਜ ਦੇ ਵਿੱਚ ਸਾਰੇ ਦੇ ਵਿੱਚ ਸਾਰੇ ਸਮਾਜ ਨੂੰ ਰੋਸ ਆ ਉਹਨਾਂ ਨਾਲ ਕਿ 골ਡਨ ਟੈਂਪਲ ਮੱਥਾ ਟੇਕਣ ਗਏ ਦੁਰਗਿਆਨਾ ਮੰਦਿਰ ਮੱਥਾ ਟੇਕਣ ਗਏ ਤੇ ਕੀ ਗੱਲ ਸਰ ਧੂਨਾ ਸਾਹਿਬ ਮੱਥਾ ਟੇਕਣ ਲੱਗੇ ਕੀ ਹੋਇਆ ਯਾਰ ਮੰਗਾ ਸਾਡੀ ਇਹੋ ਹੀ ਆ ਜਦੋਂ ਆਪਾਂ ਆਈਏ ਆਪਾਂ ਅੰਮ੍ਰਿਤਸਰ ਦੇ ਵਿੱਚ ਹਰ ਜੀ ਨੂੰ ਹਰ ਜਗਨ ਹਰ ਇੱਕੋ ਨਿਗਾਣਾ ਵੇਖਿਆ